800 दोस्तों मित्रों रेडियो एम 900 पंजाबी ते निगी जिया हैगी आ। एक बार फिर गुरदीप सिंह शेरगिल ते साडे प्रोड्यूसर साहब सोनिया शेरगिल जी वालों तुहानू असीं जिया आ कहिंदे आ शान पंजाब दी प्रोग्राम रेडियो एम 900 पंजाबी ते। तां साडे यूट्यूब चैनल गुरदीप शेरगिल दे उत्ते डेफिनेटली लाइक एंड सबसक्राइब तां जो टल्ली आ साडे यूट्यूब चैनल गुरदीप शेरगिल सोनिया शेरगिल तां लवदीप शेरगिल दी जरूर तुसीं खड़का दिओ। सो इन्ने प्यार लई सत्कार लई वी लव यू ऑल, वी थैंक यू ऑल एंड थैंक यू टू ऑल द स्पॉन्सर्स हू आर जिहड़े साडे यूट्यूब वीडियो नूं स्पॉन्सर कर रहे आ। सो थैंक यू फॉर द सपोर्ट एंड थैंक यू टू आवर व्यूअर्स जिहड़े साडीआं वीडियोज़ नूं देख रहे आ, लव यू गाइज। लो जी, इमीग्रेशन दे विच जो अज्ज बहुत ही महत्वपूर्ण जिहड़ी खबर आई हैगी आ, इस वेले फिर जो इमीग्रेशन हैगी आ उह बाइडन सरकार दे गले दी जो हड्डी आ उह बन चुकी हैगी आ। हुण तुसीं सोच रहे कि इमीग्रेशन बाइडन सरकार दे गले दी हड्डी किवें बन गई आ, क्योंकि इस वेले इस करके बन गई आ 10,000 तो ज़्यादा जिहड़े माइग्रेंट हैगे आ। टैक्सस दे एक ब्रिज हैगा, टैक्सस मैक्सीको ते अमेरिका दे बार्डर दे उत्ते, तां उत्थे 10,000 तो ज़्यादा जो माइग्रेंट हैगे आ उह इस वेले अपना डेरा ला के बैठे हैगे आ। तां बड़ी इंट्रस्टिंग गल हैगी आ कि इस वेले जिहड़ी ब्रेकिंग खबर आई आ, बाइडन सरकार ने कहा कि असी जिहड़ी डिपोर्टेशन हैगी आ ਜਿਹੜੇ ਲੋਕਾਂ ਨੂੰ ਜਿਹੜੇ ਲੋਕ ਨਹੀਂ ਪ੍ਰੂਫ ਕਰ ਸਕਦੇ ਕਿ ਉਹਨਾਂ ਨੂੰ ਉਹਨਾਂ ਦੇ ਦੇਸ਼ ਦੇ ਵਿੱਚ ਪ੍ਰੋਬਲਮ ਆ, ਕਿਉਂਕਿ ਅਗਰ ਕੋਈ ਬੰਦਾ ਅਸਾਇਲਮ ਅਪਲਾਈ ਕਰਦਾ ਹੈਗਾ, ਬੰਦਾ ਪ੍ਰੂਫ ਕਰ ਦਿੰਦਾ ਕਿ ਹਾਂ ਵੀ ਮੈਨੂੰ ਸਾਡੇ ਦੇਸ਼ ਦੇ ਵਿੱਚ ਪ੍ਰੋਬਲਮ ਆ, ਮੈਨੂੰ ਪੋਲੀਟੀਕਲ ਤੌਰ 'ਤੇ ਪ੍ਰੋਬਲਮ ਹੈਗੀ ਆ, ਮੇਰੀ ਸੋਚ ਕਰਕੇ ਮੈਨੂੰ ਪ੍ਰੋਬਲਮ ਹੈਗੀ ਆ, ਤਾਂ ਫਿਰ ਉਹ ਬੰਦੇ ਨੂੰ ਜੋ ਅਸਾਇਲਮ ਆ ਮੋਸਟ ਲਾਈਕਲੀ ਅਮੈਰੀਕਾ ਸਰਕਾਰ ਗ੍ਰੈਂਟ ਕਰ ਦਿੰਦੀ ਆ ਅੰਡਰ ਦਾ UNO ਜੋ ਕਿ ਸੰਧੀ ਹੋਈ ਆ ਯੂਨਾਈਟਿਡ ਨੇਸ਼ਨ ਆਰਗਨਾਈਜੇਸ਼ਨ ਦੀ ਸਾਰੇ ਦੁਨੀਆ ਦੇ ਦੇਸ਼ਾਂ ਦੀ। ਸੋ ਇਸ ਵੇਲੇ ਜਿਹੜੀ ਉਹ ਬਾਇਡਨ ਸਰਕਾਰ ਇੱਕ ਪਾਸੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜੋ ਮਾਈਗ੍ਰੈਂਟਸ ਹੈਗੇ ਆ ਜੋ ਇਲੀਗਲ ਤੌਰ 'ਤੇ ਅਮੈਰੀਕਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਆ, ਇੱਕ ਬ੍ਰਿਜ ਦੇ ਥੱਲੇ ਉਹ ਬੈਠੇ ਹੈਗੇ ਆ, ਤਾਂ ਦੂਜੇ ਵਾਲੇ ਪਾਸੇ ਬਾਇਡਨ ਸਰਕਾਰ ਨੇ ਬਹੁਤ ਹੀ ਇੱਕ ਗੱਲ ਕਹੀ ਆ, ਕਹਿੰਦੇ ਅਸੀਂ ਜੋ ਸਾਡੀ ਜਿਹੜੀ ਡਿਪੋਰਟੇਸ਼ਨ ਹੈਗੀ ਉਹ ਅਸੀਂ ਤੇਜ਼ੀ ਨਾਲ ਕਰਾਂਗੇ। ਤਾਂ ਬਾਕੀ ਐਟ ਦ ਸੇਮ ਟਾਈਮ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਇਸ ਵੇਲੇ ਅਮੈਰੀਕਾ ਸਰਕਾਰ ਦੇ ਸਦਨ ਦੇ ਵਿੱਚ, ਅਗਰ ਮੈਂ ਥੋੜ੍ਹਾ ਜਿਹਾ ਮੈਕਸੀਕੋ ਦਾ ਬਾਰਡਰ ਤੋਂ ਉੱਠ ਕੇ ਵਾਸ਼ਿੰਗਟਨ DC ਵੱਲ ਨੂੰ ਜਾਵਾਂ, ਤਾਂ ਇਸ ਵੇਲੇ ਸਦਨ ਦੇ ਵਿੱਚ ਜੋ ਗੱਲ ਹੋ ਰਹੀ ਹੈ ਤਾਂ ਬਹੁਤ ਹੀ ਲਾਗੇ ਇੱਕ ਬਿੱਲ ਪਹੁੰਚ ਚੁੱਕਾ ਹੈਗਾ, ਜਿਹੜਾ ਕਿ ਇੱਕ ਬਿੱਲ ਇੰਟਰੋਡਿਊਸ ਕੀਤਾ ਗਿਆ ਹੈਗਾ ਅਮੈਰੀਕਾ ਸਰਕਾਰ ਦੇ ਵਿੱਚ। ਤਾਂ ਮੈਨੂੰ ਆਹ ਗੱਲ ਦਾ ਪਤਾ ਹੈਗਾ ਕਿ ਬਾਇਡਨ ਸਰਕਾਰ ਨੇ ਇਹਦੇ ਉੱਤੇ ਜੋ ਇਹਨੂੰ ਹਰੀ ਝੰਡੀ ਦੇ ਦੇਣੀ ਆ, ਮੈਨੂੰ ਪਤਾ ਹੈਗਾ ਪ੍ਰੈਜ਼ੀਡੈਂਟ ਬਾਇਡਨ ਨੇ ਇਹਦੇ ਉੱਤੇ ਘੁੱਗੀ ਮਾਰ ਦੇਣੀ ਆ, ਸਿਗਨੇਚਰ ਕਰ ਦੇਣੇ ਆ। ਉਹ ਬਿੱਲ ਦੇ ਵਿੱਚ ਕੀ ਲਿਖਿਆ ਗਿਆ, ਉਹ ਬਿੱਲ ਦੇ ਵਿੱਚ ਮੋਟਾ ਮੋਟਾ ਆਹ ਹੈਗਾ ਇਮੀਗ੍ਰੇਸ਼ਨ ਦਾ ਮੋਟਾ ਮੋਟਾ, ਬਹੁਤ ਡੀਪ ਹੈਗਾ, ਮੈਂ ਮੋਟੀ ਮੋਟੀ ਇਹਦੀ ਗੱਲ ਕਰਨੀ ਆ, ਤੁਸੀਂ ਆਪਣੇ ਆਪ ਪਲੀਜ਼ ਇਹਦੀ ਰਿਸਰਚ ਕਰ ਸਕਦੇ ਆ। ਬਾਕੀ ਮੈਂ ਕੋਈ ਵੀ ਵਕੀਲ ਨਹੀਂ, ਤੁਹਾਨੂੰ ਕੋਈ ਵੀ ਅਸੀਂ ਲੀਗਲ ਐਡਵਾਈਸ ਦੇ ਰਹੇ, ਅਗਰ ਤੁਹਾਨੂੰ ਲੀਗਲ ਐਡਵਾਈਸ ਚਾਹੀਦੀ ਆ ਕਿਰਪਾ ਕਰਕੇ ਤੁਸੀਂ ਆਪਣੇ ਇਮੀਗ੍ਰੇਸ਼ਨ ਅਟਾਰਨੀ ਨਾਲ ਗੱਲ ਕਰੋ, ਅਸੀਂ ਸਿਰਫ ਐਸ ਮੀਡੀਆ ਪਰਸਨੈਲ ਤੁਹਾਨੂੰ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਹਾਂ। ਸੋ ਗੱਲ ਇੱਦਾਂ ਹੈਗੀ ਆ ਕਿ ਉਹਨਾਂ ਨੇ ਕਿਹਾ ਹੈਗਾ ਇੱਕ ਜਿਹੜੇ ਤਾਂ ਛੋਟੇ ਹੁੰਦੇ ਜਿਹੜੇ ਡਾਕਾ ਦੇ ਜਿਹੜੇ ਬੱਚੇ ਬੱਚੀਆਂ ਹੈਗੇ ਆ ਜੋ ਜਿਹਨਾਂ ਨੇ ਡਾਕਾ ਪ੍ਰੋਗਰਾਮ ਅਪਲਾਈ ਕੀਤਾ ਉਹਨਾਂ ਨੂੰ ਗ੍ਰੀਨ ਕਾਰਡ ਦਵਾਉਣਾ, ਫਿਰ ਇਨ ਦਾ ਫਿਊਚਰ ਸਿਟੀਜ਼ਨਸ਼ਿਪ ਦੇਣੀ। ਆਹ ਇੱਕ ਹੋਰ ਦੋ ਚੀਜ਼ਾਂ ਬੜੀਆਂ ਮਹੱਤਵਪੂਰਨ ਹੈਗੀਆਂ। ਇੱਕ ਜਿਹੜੇ ਲੋਕ ਖੇਤਾਂ ਦੇ ਵਿੱਚ ਕੰਮ ਕਰਦੇ ਆ, ਸਪੈਸ਼ਲੀ ਜਿਹੜੇ ਫਾਰਮ ਵਰਕਰਸ ਇੱਥੇ ਕੱਚੇ ਹੈਗੇ ਆ, ਉਹਨਾਂ ਨੂੰ ਪੱਕੇ ਕਰਨਾ। ਪਿਛਲੀ ਵਾਰ ਇੱਦਾਂ ਹੋਇਆ ਸੀ 1980 ਦੇ ਦਹਾਕਿਆਂ ਦੇ ਵਿੱਚ, ਜਦੋਂ ਰੋਨਲਡ ਰੇਗਨ ਜੀ ਦੀ ਸਰਕਾਰ ਸੀ, ਉਹ ਰਿਪਬਲਿਕਨ ਸੀ, ਉਹ ਕੈਲੀਫੋਰਨੀਆ ਤੋਂ ਸੀ, ਉਹ ਹੀ ਵਾਜ਼ ਵਨ ਆਫ ਦਾ ਬੈਸਟ ਪ੍ਰੈਜ਼ੀਡੈਂਟ ਐਵਰ ਰੋਨਲਡ ਰੇਗਨ ਜੀ, ਤਾਂ ਉਹਨਾਂ ਨੇ ਵੀ ਬਹੁਤ ਸਾਰੇ ਫਾਰਮ ਵਰਕਰਸ ਨੂੰ ਪੱਕੇ ਕੀਤਾ ਸੀ। ਹੁਣ ਬਾਇਡਨ ਸਰਕਾਰ ਵੀ ਸੇਮ ਥਿੰਗ ਉਹ ਕੋਸ਼ਿਸ਼ ਕਰ ਰਹੀ ਆ ਕਿ ਜਿਹੜੇ ਲੋਕ ਕਿਉਂਕਿ ਬਹੁਤ ਸਾਰੇ ਫਾਰਮ ਵਰਕਰਸ ਦੀ ਕਮੀ ਆ ਰਹੀ ਆ ਅਮੈਰੀਕਾ ਦੇ ਵਿੱਚ, ਤਾਂ ਉਹ ਕਹਿ ਰਿਹਾ ਕਿ ਉਹਨਾਂ ਲੋਕਾਂ ਨੂੰ ਪੱਕੇ ਕਰੀਏ ਤਾਂ ਕਿ ਉਹ ਵੀ ਲੋਕ ਟੈਕਸ ਦੇਣ। ਤਾਂ ਫਿਰ ਅਗਲੀ ਜਿਹੜੀ ਗੱਲਬਾਤ ਹੈਗੀ ਆ ਅਸੈਂਸ਼ੀਅਲ ਵਰਕਰਸ, ਜਿਹੜੇ ਲੋਕ ਇਹਨਾਂ ਨੇ ਕੈਟਾਗੋਰੀਜ਼ ਬਣਾਉਣੀਆਂ ਹੈਗੀਆਂ, ਸੋ ਜਿਹੜੇ ਲੋਕ ਅਸੈਂਸ਼ੀਅਲ ਵਰਕਰਸ ਹੋਣਗੇ, ਜਿਹੜੇ ਲੋਕ ਅਮੈਰੀਕਾ ਵਿੱਚ ਅਸੈਂਸ਼ੀਅਲ ਕੰਮ ਕਰ ਰਹੇ, ਜਿਹਨਾਂ ਦੀ ਲੋੜ ਆ, ਜਿਹਨਾਂ ਤੋਂ ਬਗੈਰ ਦੇਸ਼ ਨਹੀਂ ਚੱਲ ਸਕਦਾ, ਸੋ ਉਹ ਕੈਟਾਗੋਰੀਜ਼ ਦੀ ਮੈਂ ਹਾਲੇ ਸਟੱਡੀ ਨਹੀਂ ਕੀਤੀ, ਪਰ ਜਦੋਂ ਮੈਂ ਸਟੱਡੀ ਕੀਤੀ ਉਹ ਮੈਂ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗਾ ਕਿ ਅਸੈਂਸ਼ੀਅਲ ਵਰਕਰਸ ਕਿਹੜੇ ਕਿਹੜੇ ਹੋਣਗੇ। ਬਾਕੀ ਆਉਣ ਵਾਲੇ ਸਮੇਂ 'ਚ ਮੈਂ ਇਮੀਗ੍ਰੇਸ਼ਨ ਅਟਾਰਨੀ ਨੂੰ ਵੀ ਤੁਹਾਨੂੰ ਰੂਬਰੂ ਕਰਾਊਂਗਾ। ਸੋ ਆਹ 3 ਕੈਟਾਗੋਰੀਆਂ ਦੇ ਵਿੱਚ ਗੱਲ ਚੱਲ ਰਹੀ ਆ ਕਿ ਇਹਨਾਂ ਦੇ ਵਿੱਚੋਂ ਆਹ ਲੋਕਾਂ ਨੂੰ ਪੱਕਾ ਕੀਤਾ ਜਾਵੇ, ਡਾਕਾ, ਫਾਰਮ ਵਰਕਰਸ ਤਾਂ ਅਸੈਂਸ਼ੀਅਲ ਵਰਕਰਸ। ਸੋ ਆਹ ਸੀ ਜੀ ਧੱਲੇਦਾਰ ਖਬਰ ਜਿਹੜੀ ਕਿ ਤੁਹਾਨੂੰ ਆਪਾਂ ਸ਼ੇਅਰ ਕੀਤੀ ਆ, ਯੂਨੋ ਫਰੋਮ ਦਾ ਹਾਰਟ ਪ੍ਰੈਸ। ਸੋ AM 900 ਪੰਜਾਬੀ ਅਤੇ ਸਭ ਨੂੰ ਅਸੀਂ ਨਿੱਘੀ ਜੀ ਆ ਕਹਿੰਦੇ ਹਾਂ, ਵੀ ਲਵ ਯੂ ਗਾਇਸ, ਵੀ ਅਪਰੀਸ਼ੀਏਟ ਯੂ। ਤਾਂ ਬਾਕੀ ਸਾਡੇ ਯੂਟਿਊਬ ਚੈਨਲ ਗੁਰਦੀਪ ਸ਼ੇਰਗਿਲ, ਸੋਨੀਆ ਸ਼ੇਰਗਿਲ, ਲਵਦੀਪ ਸ਼ੇਰਗਿਲ ਨੂੰ ਇੱਦਾਂ ਹੀ ਸਪੋਰਟ ਆਪਣੀ ਕਰਦੇ ਰਹੋ, ਇੱਦਾਂ ਹੀ ਆਪਣਾ ਪਿਆਰ ਸਤਿਕਾਰ ਕਰਦੇ ਰਹੋ। ਬਾਕੀ ਅਗਰ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੁੰਦੀ ਆ, ਪਲੀਜ਼ ਟੈਕਸਟ ਮੀ, ਮੇਰਾ ਨੰਬਰ ਹੈਗਾ ਸਾਰਿਆਂ ਕੋਲ 559-349-1481-5098-349-1489. Thank you for all the love and the support. And do check out Gurdeep.